ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਸ ਵਿਅਕਤੀ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਤੁਸੀਂ ਦੇਖ ਰਹੇ ਹੋ, ਇਹ ਕੋਈ ਹੋਰ ਨਹੀਂ ਸਗੋਂ ਗ੍ਰੰਥੀ ਹੈ। ਇਸ ਦੇ ਵੱਲੋਂ ਹਰਕਤ ਅਜਿਹੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ। ਸਦਰ ਥਾਣੇ ਦੇ SHO ਨੇ ਦੱਸਿਆ ਕਿ ਸਾਡੇ ਕੋਲ ਹਰਪ੍ਰੀਤ ਸਿੰਘ ਵਾਸੀ ਕੋਟ ਸਮੀਰ ਨੇ ਗ੍ਰੰਥੀ ਪ੍ਰਗਟ ਸਿੰਘ ਵਾਸੀ ਫਤਿਹਾਬਾਦ ਹਰਿਆਣਾ ਦੇ ਰਹਿਣ ਵਾਲਾ ਅਤੇ ਉਸਦੇ ਖਿਲਾਫ ਸ਼ਿਕਾਇਤ ਦਿੱਤੀ ਸੀ। ਦੋਸ਼ੀ ਗ੍ਰੰਥੀ ਗੁਰਦੁਆਰਾ ਚੁਕੇਰੀਆਂ ਸਾਹਿਬ ਪਿੰਡ ਕੋਟ ਸ਼ਮੀਰ ਵਿਖੇ ਗ੍ਰੰਥੀ ਤੈਨਾਤ ਸੀ ਅਤੇ ਪਿੰਡ ਦੀ ਕਮੇਟੀ ਨੇ ਗ੍ਰੰਥੀ ਦੇ ਵਿਸ਼ਵਾਸ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਅਤੇ ਮੋਹਰ ਅਤੇ ਹੋਰ ਸਮਾਨ ਦੀ ਜ਼ਿੰਮੇਵਾਰੀ ਸੌਂਪੀ ਸੀ। ਗ੍ਰੰਥੀ ਨੇ 17 ਜੁਲਾਈ ਨੂੰ ਗੁਰਦੁਆਰਾ ਸਾਹਿਬ ਨੂੰ ਛੱਡ ਦਿੱਤਾ ਅਤੇ ਗੁਰਦੁਆਰਾ ਸਾਹਿਬ ਦੇ ਲੈਟਰ ਪੈਡ ਮੋਹਰਾਂ ਚੋਰੀ ਕਰਕੇ ਲੈ ਗਿਆ। ਤਾਂ ਇਸਦੇ ਉੱਤੇ ਗ੍ਰੰਥੀ ਦਾ ਕੀ ਬਿਆਨ ਆ, ਤੁਸੀਂ ਆਪ ਹੀ ਸੁਣ ਲਓ। ਵੀਰ ਜੀ, ਝੂਠਾ ਇਲਜ਼ਾਮ ਹੈ। ਉਹ ਅਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ, ਜਦੋਂ ਉਹ ਸਰਟੀਫਿਕੇਟ ਮੈਰਿਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ, ਉਦੋਂ ਕਮੇਟੀ ਵਾਲੇ ਮੁੱਕਰ ਗਏ, ਮੁੜ ਕੇ ਮੇਰੇ 'ਤੇ ਸਾਰੇ ਇਲਜ਼ਾਮ ਲਾ ਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ। ਪਹਿਲਾਂ ਵੀ ਤੁਹਾਡੇ 'ਤੇ ਇਲਜ਼ਾਮ ਲੱਗੇ ਸੀ ਕਿ ਵੀ ਹੋਰ ਗੁਰਦੁਆਰਿਆਂ ਨੇ ਵੀ ਲਾਏ ਸੀ? ਨਹੀਂ, ਪਹਿਲਾਂ ਮੇਰੇ 'ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦਾ ਹੀ ਰੌਲਾ ਪੈ ਗਿਆ ਸੀ। ਨਹੀਂ, ਮੈਂ ਜਾਂ ਅਸੀਂ ਖੁਦ ਜਾ ਕੇ ਆਏ ਸੀ, ਸਾਰੇ ਪੱਤਰਕਾਰ ਗਏ ਸੀਗੇ ਉੱਥੇ, ਸ਼੍ਰੋਮਣੀ ਕਮੇਟੀ ਵੀ ਆਈ ਸੀ, ਉਦੋਂ ਵੀ ਰੌਲਾ ਪਿਆ ਸੀਗਾ। ਉਹ ਨਿੰਗ ਸਿੰਘਾਂ ਨੇ ਫੇਕ ਬਣਾਏ ਸੀਗੇ ਜੀ, ਉਹਨਾਂ ਨੇ ਸਰਟੀਫਿਕੇਟ ਵੀ ਦਿਖਾਏ ਸੀਗੇ ਜਿਹੜੇ ਤੁਸੀਂ? ਹਾਂਜੀ, ਮੇਰੇ ਸਾਈਨ ਨਹੀਂ ਸੀ, ਉਹ ਮਿਲੇ ਰਲੇ ਨਹੀਂ ਸੀ, ਤਾਂ ਹੀ ਤਾਂ ਕੇਸ ਫਿਰ ਰਫਾ ਦਫਾ ਹੋ ਗਿਆ ਸੀ, ਮੇਰੇ ਸਿਗਨੇਚਰ ਹੈ ਨਹੀਂ ਸੀ ਉਹ। ਜਿਹੜੇ ਲੈਟਰ ਪੈਡ ਤੁਹਾਡੇ ਤੋਂ ਮਿਲੇ ਆ ਗੁਰਦੁਆਰਾ ਸਾਹਿਬ ਦੇ, ਉੱਥੇ ਤੈਨਾਤ ਹੋ ਤੁਸੀਂ ਇਸ ਵਕਤ? ਹਾਂਜੀ। ਨਹੀਂ, ਹੁਣ ਤੁਸੀਂ ਕਿਹੜੇ? ਕੋਟ ਸ਼ਮੀਰ ਦੇ ਲੈਟਰ, ਕੋਟ ਸ਼ਮੀਰ ਵਾਲਾ ਗੁਰਦੁਆਰਾ ਸਾਹਿਬ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ, ਉੱਥੇ ਅਸੀਂ ਰਹੇ ਸੀ। ਹੁਣ ਤੁਸੀਂ, ਤੁਹਾਡੇ ਕੋਲ ਲੈਟਰ ਪੈਡ ਜਿਹੜੇ ਕੋਟ ਸ਼ਮੀਰ ਦੇ ਮਿਲੇ ਆ, ਮੋਹਰ ਮਿਲੀ ਆ, ਹਾਂਜੀ, ਤੁਸੀਂ ਕਿਉਂ ਨਾਲ ਚੱਕ ਲਏ? ਨਹੀਂ, ਹਾਲੇ ਗੱਲ ਚੱਲੀ ਜਾਂਦੀ ਸੀ, ਉਹ ਕਹਿੰਦੇ ਸੀ ਵੀ ਆਪਾਂ ਫਸਲ ਵਾਲੀ ਬੀਜਾਂਗੇ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦੇਵਾਂਗੇ, ਜੇ ਲਿਖਤ ਕੋਈ ਨਹੀਂ ਸੀ, ਪਰ ਉੱਥੇ ਅਸੀਂ ਰਹਿੰਦੇ ਸੀਗੇ ਜੀ। ਚੱਕ ਲਿਆਉਣ ਦਾ ਜਾਇਜ਼ ਨਹੀਂ ਸੀ? ਨਹੀਂ, ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ, ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦਿੱਤਾ, ਸਾਰਾ ਕੁਛ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ ਜੀ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਸਦੇ ਖਿਲਾਫ਼ ਮਾਮਲਾ ਦਰਜ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਲ ਕਰੇਗੀ। ਪਿੰਡ ਸਾਡੇ ਕੋਟ ਸ਼ਮੀਰ ਆ, ਉਹਦੇ ਬਾਅਦ ਢਾਣੀਆਂ, ਉਹਨਾਂ ਨੇ ਢਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਬਣਾਇਆ ਪਿਆ, ਗੁਰਦੁਆਰਾ ਸਾਹਿਬ ਚਕੇਰੀਆਂ, ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ, ਇਹ ਹੈਗਾ ਤਾਂ ਬਦਿਆਲੇ ਦਾ, ਰਤੀਆ ਕੋਲ ਪਿੰਡੇ ਦਾ, ਪਰ ਇਹ ਰਹਿੰਦਾ ਹੰਸਨਗਰ 'ਚ। ਇਹ 13/7/2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਮਤਲਬ ਰੱਖਿਆ ਸੀ, ਪਰ ਇਹ ਉੱਥੇ 4 ਕੁ ਦਿਨ ਹੀ ਰਿਹਾ, 4 ਕੁ ਦਿਨਾਂ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ। ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਹੁੰਦੀ ਹੈ, ਜਿੱਥੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ, ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ, ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਕੋਈ ਇੱਥੇ ਆਉਂਦਾ ਤਾਂ ਕਰਨੇ ਹੈਗੇ। ਉਸ ਤੋਂ ਬਾਅਦ ਇਹਨੇ ਕੀ ਕੀਤਾ, ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ, ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਆਨੰਦ ਕਾਰਜ ਦੇ, ਉਹ ਦੇਣੇ ਸ਼ੁਰੂ ਕਰਤੇ। ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮਾਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ, ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ, ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ, ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰਾ ਚਕੇਰੀਆਂ ਸਾਹਿਬ ਆਨੰਦ ਕਾਰਜ ਹੋਇਆ। ਉਹ ਕਹਿੰਦੇ ਵੀ ਸਾਡੇ ਇੱਥੇ ਹੁਣ ਆਇਆ ਸੀ, ਉਦੋਂ ਚਰਕ ਤਾਂ ਰਿਹਾ ਸੀ, ਭੱਜ ਗਿਆ ਸੀ, ਇੱਥੇ ਹੈ ਨਹੀਂ ਗਾ ਕੋਈ ਵੀ ਹੁਣ। ਇਹਨਾਂ ਨੇ ਫਿਰ ਇਹਦੀ ਭਾਲ ਸ਼ੁਰੂ ਕੀਤੀ, ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਉੱਥੇ ਬੈਠਾ,
ਫਿਰ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਟ ਸ਼ਮੀਰ ਜਿਹੜੀ ਇੰਡਸਟਰੀ ਏਰੀਆ ਚੌਕੀ ਆ ਹੁਣ ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ, ਜਿਹੜੇ ਜਿਸਦੇ ਬਿਆਨ 'ਤੇ ਅਸੀਂ ਮੁਕੱਦਮਾ ਨੰਬਰ 134 ਮਿਤੀ 20/9/2024 ਅੰਡਰ ਸੈਕਸ਼ਨ 316(2), 318(4), 336(2), 336(3), 340(2) BNS ਥਾਣਾ ਸਦਰ ਬਠਿੰਡਾ ਜਿਹੜਾ ਇਹਦੇ ਖਿਲਾਫ਼ ਦਰਜ ਕੀਤਾ ਅਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਅਤੇ ਹੁਣ ਅੱਜ ਇਹਨੂੰ ਮਾਣਯੋਗ ਅਦਾਲਤ ਨੂੰ ਪੇਸ਼ ਕਰਕੇ ਦਾ ਰਿਮਾਂਡ ਲਵਾਂਗੇ, ਦੇਖਾਂਗੇ ਵੀ ਇਹਨੇ ਕਿੱਥੇ ਕਿੱਥੇ ਕੀ ਕੀਤਾ। ਜਦੋਂ ਪਹਿਲਾਂ ਵੀ ਇਹ ਮਾਮਲੇ ਹੋਏ ਆਏ ਸੀਗੇ, ਪਹਿਲਾਂ ਵੀ ਰੌਲਾ ਪਿਆ ਸੀਗਾ, ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਆ ਕੇ ਇਹਨਾਂ ਕੋਈ ਕਰਿਆ ਸੀ ਅਤੇ ਮੇਰੇ ਧਿਆਨ 'ਚ ਨਹੀਂ, ਅਸੀਂ ਉਹ ਕਰ ਰਹੇ ਹਾਂ ਪੜਤਾਲ, ਜੇ ਪੁੱਛਗਿੱਛ ਕਰਾਂਗੇ ਤੋਂ ਰਿਮਾਂਡ ਲੈ ਕੇ ਦੇਖਾਂਗੇ। ਇਹਨੇ ਜੀ ਮੇਰੇ ਹਿਸਾਬ ਨਾਲ ਘੱਟੋ ਘੱਟ 18-19 ਜਿਹੜੇ ਇਹਨੇ ਜਿਹੜੀ ਸਾਨੂੰ ਲੈਟਰ ਪੈਡ ਇਹਦੇ ਕੋਲ ਬਰਾਮਦ ਕੀਤੀ ਆ, ਉਹ 'ਚ 18-19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਨੇ। ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ, ਇਹ ਰਹਿੰਦਾ ਜ਼ਰੂਰ ਸੀ ਇੱਥੇ ਹੰਸ ਨਗਰ 'ਚ ਵੀ, ਕਿੱਥੇ ਕਰਦਾ ਸੀ ਇੱਥੇ ਕਰਦਾ ਸੀ, ਕਿੱਥੇ ਕਰਦਾ ਸੀ ਗੁਰਦੁਆਰੇ 'ਚ ਹੀ ਰਹਿ ਰਿਹਾ ਸੀਗਾ ਕਿ ਘਰ 'ਚ ਰਹਿ ਰਿਹਾ ਸੀ? ਨਹੀਂ, ਹੁਣ ਇਹ ਹੰਸ ਨਗਰ ਗੁਰਦੁਆਰਾ ਸਾਹਿਬ ਆ ਗਏ, ਉੱਥੇ ਰਹਿ ਰਿਹਾ ਸੀ। ਇਸ ਤੋਂ ਇਲਾਵਾ ਵੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪੈਡ ਜਾਂ ਕੋਈ ਉਹਦਾ ਵੀ ਬਰਾਮਦ ਹੋਊਗਾ? ਨਹੀਂ, ਅਜੇ ਤੱਕ ਸਾਡੇ ਕੋਲ ਇਹੀ ਆ, ਅਸੀਂ ਪੜਤਾਲ ਕਰ ਰਹੇ ਹਾਂ, ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰ ਦਿੱਤੀ। ਖੈਰ ਹੁਣ ਦੇਖਣਾ ਹੋਵੇਗਾ ਕਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕੀ ਸੱਚ ਸਾਹਮਣੇ ਆਵੇਗਾ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।